प्राइम इटालिया चैनल ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ। ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਟਲੀ ਦੇ ਵਿੱਚ ਕੇਸਿਸ ਕਿੰਨੇ ਆਏ ਹਨ। ਪਿਛਲੇ 24 ਘੰਟੇ ਦੌਰਾਨ ਇਟਲੀ ਦੇ ਵਿੱਚ 3702 ਜਿਹੜੇ ਕੇਸਿਸ ਆਏ ਹਨ। ਅਤੇ ਆਰ ਟੀ ਇੰਡੈਕਸ ਜਿਹੜਾ ਹੈਗਾ ਇਟਾਲੀਆ ਦੇ ਵਿੱਚ ਉਹ ਥੋੜ੍ਹਾ ਜਿਹਾ ਅੱਗੇ ਨਾਲੋਂ ਇਨਕਰੀਜ਼ ਹੋਇਆ ਹੈ। ਅਤੇ ਕੱਲ੍ਹ ਦਾ ਜਿਹੜਾ 24 ਘੰਟਿਆਂ ਦਾ ਆਰ ਟੀ ਇੰਡੈਕਸ ਹੈਗਾ 0.86 'ਤੇ ਹੈ। ਜੇਕਰ ਆਪਾਂ ਸਾਰੇ ਯੂਰਪ ਦੀ ਗੱਲ ਕਰੀਏ ਤਾਂ ਯੂਰਪ ਦੇ ਵਿੱਚ ਹੁਣ ਕੇਸਿਸ ਵੀ ਵੱਧ ਰਹੇ ਹਨ ਅਤੇ ਡੈਥਸ ਵੀ ਜਿਹੜੀ ਕੋਵਿਡ ਦੀਆਂ ਹੋ ਰਹੀਆਂ ਹਨ ਉਹ ਵੀ ਵੱਧ ਰਹੀਆਂ ਹਨ। ਅਤੇ ਜਿਹੜਾ ਕੱਲ੍ਹ ਤ੍ਰਿਸਤੀ ਦੇ ਵਿੱਚ ਗ੍ਰੀਨ ਪਾਸ ਦਾ ਉਹਨਾਂ ਨੇ ਵਿਰੋਧ ਕਰਨਾ ਸੀ, ਵਿਰੋਧ ਪ੍ਰਦਰਸ਼ਨ ਹੋਣਾ ਸੀ, ਉਹ ਕਿਸੇ ਵਜ੍ਹਾ ਦੇ ਨਾਲ ਹੁਣ ਉਸਨੂੰ ਕੈਂਸਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜੇਕਰ ਆਪਾਂ ਨਿਊ ਡੈਲਟਾ ਪਲੱਸ ਵੇਰੀਐਂਟ ਦੀ ਗੱਲ ਕਰੀਏ ਜਿਹੜਾ ਕਿ ਯੂਨਾਈਟਿਡ ਕਿੰਗਡਮ ਅਤੇ ਇਜ਼ਰਾਈਲ ਦੇ ਵਿੱਚ ਪਾਇਆ ਗਿਆ ਹੈ, ਅਤੇ ਇਜ਼ਰਾਈਲ ਦੇ ਵਿੱਚ ਵੀ 9 ਇਹਦੇ ਕੇਸਿਸ ਜਿਹੜੇ ਹੈਗੇ ਆ ਪਾਏ ਗਏ ਹਨ। ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਡੈਲਟਾ ਵੇਰੀਐਂਟ ਦੇ ਨਾਲੋਂ ਜਿਹੜਾ ਨਵਾਂ ਵੇਰੀਐਂਟ ਆਇਆ ਹੈ ਡੈਲਟਾ ਪਲੱਸ ਵੇਰੀਐਂਟ, ਇਹ ਉਸ ਦੇ ਨਾਲੋਂ 10% ਜ਼ਿਆਦਾ ਵਧੇਰੇ ਪ੍ਰਭਾਵਸ਼ਾਲੀ ਹੈ। ਇਸ ਤੋਂ ਬਾਅਦ ਅਗਲੀ ਜਿਹੜੀ ਨਿਊਜ਼ ਆ ਰਹੀ ਹੈ ਉਹ ਆ ਰਹੀ ਹੈ ਕਿ ਫਾਈਜ਼ਰ ਦੇ ਦੁਆਰਾ ਇਹ ਅਨਾਊਂਸ ਕੀਤਾ ਗਿਆ ਹੈ ਉਹਨਾਂ ਦੀ ਜਿਹੜੀ ਬੂਸਟਰ ਡੋਜ਼ ਥਰਡ ਡੋਜ਼ ਜਿਹੜੀ ਹੈਗੀ ਆ ਉਹ ਕੋਵਿਡ ਦੇ ਜਿਹੜਾ ਨਵਾਂ ਵੇਰੀਐਂਟ ਹੈ ਡੈਲਟਾ ਵੇਰੀਐਂਟ ਇਸ ਦੇ ਪ੍ਰਤੀ 95.6% ਇਫੈਕਟਿਵ ਹੈ, ਯਾਨੀ ਕਿ ਪ੍ਰਭਾਵਸ਼ਾਲੀ ਹੈ। ਅਤੇ ਜੇਕਰ ਆਪਾਂ ਯੂਕੇ ਦੀ ਗੱਲ ਕਰੀਏ ਤਾਂ ਯੂਕੇ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 52,000 ਕੇਸਿਸ ਆਏ ਹਨ ਅਤੇ 115 ਲੋਕਾਂ ਦੀ ਡੈਥ ਹੋਈ ਹੈ। ਅਤੇ ਇੰਨੇ ਜ਼ਿਆਦਾ ਕੇਸਿਸ ਆਉਣ ਦੇ ਬਾਵਜੂਦ ਵੀ ਉੱਥੇ ਦੇ ਪ੍ਰਧਾਨ ਮੰਤਰੀ ਬ੍ਰਿਟਿਸ਼ ਪ੍ਰਧਾਨ ਮੰਤਰੀ ਪ੍ਰਾਈਮ ਜਿਹੜੇ ਹੈਗੇ ਆ ਬੋਰਿਸ ਜੌਨਸਨ, ਉਹਨਾਂ ਨੇ ਐਂਟੀ ਕੋਵਿਡ ਰੈਸਟ੍ਰਿਕਸ਼ਨ ਦੇ ਪ੍ਰਤੀ ਕੋਈ ਵੀ ਆਪਣੀ ਦਿਲਚਸਪੀ ਨਹੀਂ ਦਿਖਾਈ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਇੰਡੀਆ ਦੀ ਬਣੀ ਕੋਵੈਕਸੀਨ ਨੂੰ WHO ਦੁਆਰਾ ਕਦੋਂ ਮਾਨਤਾ ਮਿਲੇਗੀ। ਅਤੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 26 ਤਰੀਕ ਨੂੰ 26 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਪਤਾ ਲੱਗੇਗਾ ਕਿ ਕੋਵੈਕਸੀਨ ਨੂੰ ਐਮਰਜੈਂਸੀ ਯੂਜ਼ ਦੇ ਲਈ ਜਿਹੜੀ ਮਾਨਤਾ ਮਿਲੇਗੀ ਕਿ ਨਹੀਂ ਮਿਲੇਗੀ। ਕਿਉਂਕਿ WHO ਦੇ ਮੁੱਖ ਵਿਗਿਆਨੀਆਂ ਦਾ ਨੇ ਇੱਕ ਟਵੀਟ ਦੇ ਵਿੱਚ ਕਿਹਾ ਸੀ ਕਿ WHO ਭਾਰਤ ਦੀ ਜਿਹੜੀ ਭਾਰਤ ਬਾਇਓਟੈਕ ਵੱਲੋਂ ਬਣਾਈ ਗਈ ਕੋਵਿਡ-19 ਦੀ ਜਿਹੜੀ ਐਂਟੀ ਵੈਕਸੀਨ ਹੈਗੀ ਆ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੇ ਲਈ ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਬਾਰੇ ਵਿਚਾਰ ਕਰ ਰਿਹਾ ਹੈ। ਅਤੇ ਉਹਨਾਂ ਦਾ ਜਿਹੜਾ ਆਪਣੀ ਤਕਨੀਕੀ ਸਲਾਹਕਾਰਾਂ ਨਾਲ ਸਲਾਹ ਕਰਨ ਤੋਂ ਬਾਅਦ 26 ਅਕਤੂਬਰ ਨੂੰ ਇੱਕ ਮੀਟਿੰਗ ਕਰੇਗਾ ਅਤੇ ਇਸ ਦੇ ਵਿੱਚ ਦੱਸਿਆ ਜਾਵੇਗਾ ਕਿ ਇਸ ਵੈਕਸੀਨ ਨੂੰ ਹੁਣ ਐਮਰਜੈਂਸੀ ਯੂਜ਼ ਲਈ ਮਨਜ਼ੂਰੀ ਮਿਲੇਗੀ ਕਿ ਨਹੀਂ ਮਿਲੇਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਕਤਰ ਦੇ ਵਿੱਚ ਨੌਕਰੀ ਕਰਨ ਵਾਲੇ ਇੰਡੀਅਨ ਲੋਕਾਂ ਦੇ ਲਈ ਹੁਣ ਇੱਕ ਚੰਗੀ ਨਿਊਜ਼ ਹੈ। ਅਤੇ ਬਿਆਨ ਕੀਤਾ ਜਾਂਦਾ ਹੈ ਕਿ ਇੱਕ ਨਵਾਂ ਕਾਨੂੰਨ ਉੱਥੇ ਬਣ ਰਿਹਾ ਹੈ ਜਿਸ ਦੇ ਮੁਤਾਬਕ ਹੁਣ ਕਤਰ ਦੀਆਂ ਜਿੰਨੀਆਂ ਵੀ ਕੰਪਨੀ ਹੈ ਉਹਨਾਂ ਨੂੰ ਆਪਣੇ ਪ੍ਰਵਾਸੀ ਜਿਹੜੇ ਵਰਕਰਸ ਹੈਗੇ ਆ ਉਹਨਾਂ ਦੇ ਪਰਿਵਾਰਾਂ ਨੂੰ ਹੈਲਥ ਇੰਸ਼ੋਰੈਂਸ ਜਿਹੜੀ ਪਾਲਿਸੀ ਹੈਗੀ ਆ ਉਸ ਨੂੰ ਮੁਹੱਈਆ ਕਰਵਾਉਣਾ ਪਵੇਗਾ। ਇੱਥੇ ਤੁਹਾਨੂੰ ਦੱਸ ਦਈਏ ਕਿ ਕਤਰ ਦੇ ਵਿੱਚ ਆਉਣ ਵਾਲੇ ਸਾਰੇ ਹੀ ਜਿਹੜੇ ਵੀ ਪ੍ਰਵਾਸੀ ਆਉਂਦੇ ਹਨ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਜਿਹੜੀ ਹੈਗੀ ਆ ਉਸਨੂੰ ਖਰੀਦਣਾ ਜ਼ਰੂਰੀ ਹੁੰਦਾ ਹੈ ਜੋ ਦੇਸ਼ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕਵਰ ਕਰਦਾ ਹੈ। ਅਤੇ ਉੱਥੇ ਦੇ ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਮੌਜੂਦਾ ਸਮੇਂ ਦੇ ਵਿੱਚ ਵਿਦੇਸ਼ੀ ਨਾਗਰਿਕ ਅਤੇ ਸੈਲਾਨੀ ਮਾਮੂਲੀ ਫੀਸ ਦੇ ਕੇ ਸਰਕਾਰੀ ਸਿਹਤ ਕਾਰਡ ਜ਼ਰੀਏ ਬੁਨਿਆਦੀ ਜਿਹੜੀਆਂ ਸਿਹਤ ਸੁਵਿਧਾਵਾਂ ਹੈ ਉਹਨਾਂ ਦਾ ਲਾਭ ਹੁਣ ਲੈ ਸਕਦੇ ਹਨ। ਅਤੇ ਕੰਪਨੀਆਂ ਵਾਧੂ ਨਿੱਜੀ ਸਿਹਤ ਬੀਮਾ ਮੁਹੱਈਆ ਕਰਵਾਉਣ ਦੇ ਲਈ ਹੁਣ ਪਾਬੰਦ ਨਹੀਂ ਹਨ। ਅਤੇ ਇਹ ਕਾਨੂੰਨ ਹੋ ਸਕਦਾ ਹੈ ਕਿ ਆਉਣ ਵਾਲੇ 6 ਮਹੀਨਿਆਂ ਤੋਂ ਬਾਅਦ ਲਾਗੂ ਹੋਵੇਗਾ। ਅਤੇ ਇਸ ਕਾਨੂੰਨ ਦੇ ਨਾਲ ਉੱਥੇ ਦੇ ਜਿਹੜੇ ਇੰਡੀਅਨਸ ਹੈਗੇ ਆ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਰਸ਼ੀਆ ਤੋਂ। ਰਸ਼ੀਆ ਦੇ ਵਿੱਚ ਇੱਕ ਗਨ ਪਾਊਡਰ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਦੇ ਨਾਲ ਅੱਗ ਲੱਗਣ ਦੇ ਨਾਲ ਉੱਥੇ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੋਰ ਵੀ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਲਾਪਤਾ ਹੋਏ ਹਨ ਉਹਨਾਂ ਦੀ ਵੀ ਮੌਤ ਹੋ ਗਈ ਹੈ। ਅਤੇ ਇਸ ਫੈਕਟਰੀ ਵਿੱਚ ਧਮਾਕਾ ਕਿਸ ਵਜ੍ਹਾ ਦਾ ਨਾ ਹੋਇਆ ਇਸ ਦੇ ਲਈ ਉੱਥੇ ਦੇ ਅਧਿਕਾਰੀ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਮੈਕਸੀਕੋ ਤੋਂ। ਮੈਕਸੀਕੋ ਦੇ ਇੱਕ ਕੈਰੇਬੀਅਨ ਸ਼ਹਿਰ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਦੇ ਵਿੱਚ ਇੱਕ ਇੰਡੀਅਨ ਸਮੇਤ 2 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 3 ਜ਼ਖਮੀ ਹੋ ਗਏ ਹਨ। ਅਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਮ੍ਰਿਤਕਾਂ ਦੇ ਵਿੱਚੋਂ ਇੱਕ ਔਰਤ ਜਰਮਨੀ ਦੀ ਸੀ ਅਤੇ ਦੂਜੀ ਜਿਹੜੀ ਇੰਡੀਅਨ ਦੀ ਸੀ। ਅਤੇ ਜਿਹੜੇ ਲੋਕ ਜ਼ਖਮੀ ਹੋਏ ਹਨ ਉਹਨਾਂ ਦੇ ਵਿੱਚੋਂ 2 ਜਰਮਨ ਦੇ ਰਹਿਣ ਵਾਲੇ ਸਨ ਅਤੇ 1 ਨੀਦਰਲੈਂਡ ਦਾ ਨਾਗਰਿਕ ਸੀ।
ਅਤੇ ਇਹ ਜਿਹੜੀ ਘਟਨਾ ਹੋਈ ਹੈ ਬੁੱਧਵਾਰ ਨੂੰ ਸੜਕ ਦੇ ਕਿਨਾਰੇ ਇੱਕ ਰੈਸਟੋਰੈਂਟ ਦੇ ਵਿੱਚ ਹੋਈ ਹੈ, ਅਤੇ ਜਿਸ ਦੇ ਵਿੱਚ ਕੁਛ ਟੇਬਲ ਤੋਂ ਬਾਹਰ ਲੱਗੇ ਹੋਏ ਸਨ। ਅਤੇ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਵੇਚਣ ਵਾਲੇ ਦੋ ਸਮੂਹਾਂ ਦੇ ਵਿੱਚ ਲੜਾਈ ਦੇ ਕਾਰਨ ਇਹ ਗੋਲੀਬਾਰੀ ਹੋਈ ਹੈ। ਅਤੇ ਰੈਸਟੋਰੈਂਟ ਵਿੱਚ ਖਾਣਾ ਖਾਣ ਆਏ ਹੋਏ ਜਿਹੜੇ ਸੈਲਾਨੀ ਸੀ ਉਹ ਵੀ ਇਸ ਗੋਲੀਬਾਰੀ ਦੀ ਚਪੇਟ ਦੇ ਵਿੱਚ ਆ ਗਏ, ਅਤੇ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਸਰੀ ਔਰਤ ਨੂੰ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਹੈ। ਇਸ ਤੋਂ ਬਾਅਦ ਇੱਕ ਨਿਊਜ਼ ਆ ਰਹੀ ਹੈ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਹੈ ਜਿਸਦਾ ਨਾਮ ਕਲਿਓ ਸਮਿਥ, ਜਿਹੜੀ ਕਿ ਮਿਸਿੰਗ ਹੋ ਚੁੱਕੀ ਹੈ, ਗੁਆਚ ਗਈ ਹੈ। ਜਿਹੜੀ ਦੱਸਿਆ ਜਾ ਰਿਹਾ ਕਿ ਇਹ ਲੜਕੀ ਅਕਤੂਬਰ 16 ਨੂੰ ਇੱਕ ਟੈਂਟ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਸੋ ਰਹੀ ਸੀ, ਅਤੇ ਅਚਾਨਕ ਹੀ ਰਾਤ ਨੂੰ ਉਹਨਾਂ ਜਦੋਂ ਉਸਨੇ ਪੇਰੈਂਟਸ ਨੇ ਦੇਖਿਆ ਅਤੇ ਉਸਨੇ ਉਹਨਾਂ ਨੇ ਆਪਣੀ ਬੱਚੀ ਨੂੰ ਉੱਥੋਂ ਲਾਪਤਾ ਪਾਇਆ। ਅਤੇ ਇਸ ਦੇ ਲਈ ਉਹਨਾਂ ਵੱਲੋਂ ਆਸਟ੍ਰੇਲੀਅਨ ਗੌਰਮੈਂਟ ਦੇ ਵੱਲੋਂ ਉਸ ਲੜਕੀ ਨੂੰ ਲੱਭਣ ਵਾਲੇ ਦੇ ਲਈ ਮਿਲੀਅਨਸ ਡੋਲਰ ਜਿਹੜਾ ਇਨਾਮ ਰੱਖਿਆ ਗਿਆ ਹੈ। ਅਤੇ ਉਹਨਾਂ ਨੇ ਦੱਸਿਆ ਹੈ ਕਿ ਜੋ ਵੀ ਇਸ ਲੜਕੀ ਦੇ ਬਾਰੇ ਸੂਚਨਾ ਦੇਵੇਗਾ ਉਹਨਾਂ ਨੂੰ 750,000 ਯੂਰੋ ਦਾ ਇਨਾਮ ਦਿੱਤਾ ਜਾਵੇਗਾ। ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ 4 ਸਾਲਾਂ ਦੀ ਹੈ, ਅਤੇ ਇਸ ਦੀ ਜਿਹੜੀ ਲਾਪਤਾ ਇੱਕ ਭੇਦਭਰੀ ਹਾਲਤਾਂ ਵਿੱਚ ਹੋਇਆ ਹੈ। ਅਤੇ ਫਿਲਹਾਲ ਇਸ ਲੜਕੀ ਦੀ ਹਾਲੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ, ਅਤੇ ਇਸ ਦੇ ਜਿਹੜੇ ਪੇਰੈਂਟਸ ਹੈਗੇ ਆ ਉਸਦੇ ਲਈ ਬਹੁਤ ਜ਼ਿਆਦਾ ਪਰੇਸ਼ਾਨ ਹਨ। ਉੱਥੇ ਦੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਇਹ ਲੜਕੀ ਹੈ ਇਸਦਾ ਕਿਡਨੈਪ ਹੋਇਆ ਹੈ। ਅਤੇ ਉੱਥੇ ਦੀ ਗੌਰਮੈਂਟ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਉਸ ਲੜਕੀ ਨੂੰ ਲੱਭਣ ਦੇ ਵਿੱਚ ਉੱਥੇ ਦੀ ਉਹਨਾਂ ਦੀ ਮਦਦ ਕਰਦਾ ਹੈ ਤਾਂ ਇਸ ਦੇ ਲਈ ਉਹਨਾਂ ਨੂੰ$1 million ਜਾਂ ਅਰਾਊਂਡ ਆਪਾਂ ਕਹਿ ਸਕਦੇ ਹਨ 750,000 ਯੂਰੋ ਦੇ ਕਰੀਬ ਰਾਸ਼ੀ ਉਸਨੂੰ ਮਿਲ ਸਕਦੀ ਹੈ ਇਨਾਮ ਦੇ ਤੌਰ 'ਤੇ। ਅਤੇ ਇਸ ਤੋਂ ਬਾਅਦ WHO ਨੇ ਦੁਨੀਆ ਭਰ ਦੇ ਸਾਰੇ ਦੇਸ਼ ਦੇ ਜਿਹੜੇ ਹੈਲਥ ਵਰਕਰਸ ਹੈਗੇ ਆ ਉਹਨਾਂ ਨੂੰ ਵੈਕਸੀਨੇਸ਼ਨ ਦੇ ਲਈ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਜ਼ਰੂਰ ਲੈਣੀ ਚਾਹੀਦੀ ਹੈ। ਅਤੇ WHO ਦਾ ਕਹਿਣਾ ਹੈ ਕਿ ਹੁਣ ਤੱਕ ਜਨਵਰੀ 2020 ਤੋਂ ਲੈ ਕੇ ਹੁਣ 2021 ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਲਗਭਗ 1,15,000 ਜਿਹੜੇ ਹੈਲਥ ਵਰਕਰਸ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ। ਅਤੇ ਉਹਨਾਂ ਦਾ ਜਿਹੜੇ ਹੈਲਥ ਵਰਕਰਸ ਹੈ WHO ਦਾ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਜਿਹੜੀ ਡੋਜ਼ਿਸ ਹੈਗੀਆਂ ਵੈਕਸੀਨ ਦੀਆਂ ਜ਼ਰੂਰ ਲੈਣ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਵੀ ਡਾਟਾ ਉਹਨਾਂ ਨੇ ਕਲੈਕਟ ਕੀਤਾ ਹੈ ਜਿਹਨਾਂ ਦੇਸ਼ਾਂ ਦੇ ਵਿੱਚ ਹੈਲਥ ਵਰਕਰਸ ਨੇ ਜ਼ਿਆਦਾ ਵੈਕਸੀਨਸ ਲਈਆਂ ਹਨ, ਡੋਜ਼ਿਸ ਲਈਆਂ ਹਨ, ਉਹ ਲੋਕਾਂ ਦੇ ਵਿੱਚ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਉੱਥੇ ਦੇ ਹੈਲਥ ਵਰਕਰਸ ਦੇ ਮਰਨ ਦੀ ਗਿਣਤੀ ਵੀ ਘੱਟ ਹੈ। ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਸਾਰੇ ਦੇਸ਼ਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਉੱਥੇ ਦੇ ਰਹਿਣ ਵਾਲੇ ਜਿੰਨੇ ਵੀ ਹੈਲਥ ਵਰਕਰਸ ਹੈਗੇ ਆ ਉਹਨਾਂ ਦੀ ਚੰਗੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਐਂਟੀ ਕੋਵਿਡ ਵੈਕਸੀਨ ਹੈਗੀ ਆ ਉਹਨਾਂ ਨੂੰ ਜਿਹੜੀ ਟੀਕਾ ਲਗਵਾਇਆ ਜਾਂਦਾ ਹੈ ਉਹਨਾਂ ਨੂੰ ਜ਼ਰੂਰ ਲੈਣ ਦੇ ਲਈ ਉਹਨਾਂ ਨੂੰ ਅਪੀਲ ਕੀਤੀ ਜਾਵੇ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਆ ਕਰੋ, ਅਤੇ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।